रोटी नहीं थी सड़ी, भुख लगी है, लिया हर देख लिया कर तेरे टाइम नाल। बस रोटियां ला रही हैं, बीजी नहीं आई, एक मिनट सब्जी रह गई थोड़ी जी बस। ਵਿਆਹਤੀ 12 ਵਜੇ ਜਾ ਰਹੇ ਕਿ ਟਾਈਮ ਨਾਲ ਹੀ ਰੋਟੀ ਤਿਆਰ ਕਰ ਜੇ ਟਾਈਮ ਨਾਲ ਉੱਠੇ ਤਾਂ ਆਈਆਂ ਇਹ ਤਾਂ ਬੁੜੀ ਨੇ ਸਿਰ ਖਾ ਲਿਆ ਮੇਰਾ ਸਾਰਾ ਦਿਨ ਕੰਮ ਕਰੀ ਜੋ ਨਾਲੇ ਫੇਰ ਛੇਤੀ ਰੋਟੀ ਲਿਆ ਤੁਹਾਨੂੰ ਬਹੁਤ ਟਾਈਮ ਤੇ ਲੱਗ ਹੀ ਜਾਂਦਾ ਦਿਮਾਗ ਖੱਟਾ ਗਿਆ ਚਿੰਤਾ ਬਹੁਤ ਦੁਖੀ ਹੋ ਥੋੜਾ ਬਹੁਤ ਟਾਈਮ ਨਾਲ ਜੇ ਤਾਂ ਹੁਣ ਨਹੀਂ ਚਲਾਉਣ ਲੱਗਾ ਨਾਲੇ ਸਾਰਾ ਦਿਨ ਕੰਮ ਕਰ ਨਾਲੇ ਜਸ਼ਨ ਇੱਕ ਮਿੰਟ ਗੱਲ ਸੁਣ ਹਾਂਜੀ ਮੰਮੀ ਆਇਆ ਬਸ ਇੱਕ ਮਿੰਟ ਚ ਫੋਨ ਤੇ ਲੱਗਾ ਮੈਂ रोटी चाची रोटी पका के देने पर मारन तो तू लेने तो मार लो फिर पानी ले पाल ਸਬਜੀ ਪਾਉਣੀ ਭੁੱਲ ਗਈ ਤੂੰ ਦੱਸ ਪਿਆਜ ਨਾਲੇ ਭੇਜਦੀ ਰੋਟੀ ਆਏ ਹਾਏ ਇਹ ਤਾਂ ਬੀਬੀ ਨੇ ਟੈਨਸ਼ਨ ਹੀ ਨਹੀਂ ਦਿੱਤੀ ਹੋਈ ਬੀਬੀ ਦਾ ਕਹਾਣ ਕਰੋ ਸੱਚੀ ਮੈਂ ਬੜੀ ਦੁਖੀ ਹੋ ਗਈ ਆ ਕੀ ਕਹਦੀ ਬੀਬੀ ਸਾਰਾ ਦਿਨ ਨਾਲ ਦੇ ਕਿਸੇ ਨਾ ਕਿਸੇ ਚੀਜ਼ ਨੂੰ ਨੁਕਸ ਕਰ ਦਿੰਦੇ ਆ ਕਦੇ ਕਹਿੰਦੇ ਮੈਂ ਸਬਜੀ ਨਹੀਂ ਵਧੀਆ ਬਣਾਈ ਕਦੇ ਕਹਿੰਦੇ ਰੋਟੀ ਸੱਚੀ ਹੈ ਕਦੇ ਕੁਝ ਕਹਿੰਦੇ ਆ ਮੈਂ ਤਾਂ ਨਾ ਤੁਹਾਡੇ ਕਾ ਸੱਸ ਨੂੰ ਵਾਲੇ ਨੇ ਰੁਝਾ ਰੱਖਿਆ ਕੰਮ ਸਮਝ ਤੋਂ ਬਾਹਰ ਹੈ ਫਿਰ ਕੀ ਕਹੀ ਦੱਸੋ ਪਰ ਮੇਰਾ ਤਾਂ ਸਮਝ ਤੋਂ ਬਾਹਰ ਹੈ ਜੋ ਮਰਜ਼ੀ ਕਰੋ ਨਾ ਕਰੋ ਦੱਸ ਫਿਰ ਸਾਰਾ ਦਿਨ ਲੜਦੇ ਰਹਿੰਦੇ ਫਿਰ ਨਾਲ ਖਰਾਬ ਹੁੰਦਾ ਸੱਚੀ ਮੈਂ ਤਾਂ ਨਹੀਂ ਆ ਮੇਰੇ ਆ ਜਾਂਦਾ ਉਹ ਯਾਰ ਥੋੜੇ ਆ ਨਾ ਨੂੰ ਸੱਸ ਨਾਲ ਝਗੜੇ ਦਾ ਤਾਂ ਮੈਨੂੰ ਤਾਂ ਸਮਝ ਤੋਂ ਬਾਹਰ ਹੈ ਮੈਨੂੰ ਨਹੀਂ ਇਹਦੇ ਬਾਰੇ ਆਪਣਾ ਜੋ ਮਰਜ਼ੀ ਕਰੋ ਨਾ ਤੁਸੀਂ ਨਮਸਕਾਰ ਮੈਂ ਮੋਟਰ ਤੋਂ ਆਉਂ ਦਾ ਸਹੀ ਨਾ ਮੈਨੂੰ ਲੱਗਦਾ ਅੱਕੜ ਕੇ ਚਲੀ ਗਈ ਉਹ ਕੀ ਹੋ ਗਿਆ ਤੂੰ ਤਾਂ ਗੁੱਸਾ ਹੀ ਕਰ ਗਈ ਹੋਰ ਕੀ ਕਰਾਂ ਦੱਸੋ ਤੁਸੀਂ ਵੀ ਮੇਰੇ ਸਾਥ ਨਹੀਂ ਦਿੰਦੇ ਹੈਗੇ ਉਹ ਸਾਥ ਵਾਲੀ ਗੱਲ ਨਹੀਂ ਹੁਣ ਮਾਤਾ ਦੇ ਦੋ ਜ਼ਮੀਨ ਆ 2 ਕਿੱਲੇ ਅੱਛਾ ਆ ਕੁੜੀਆਂ ਨੂੰ ਦੇ ਦੋ ਵੀ ਮੁੱਕੇ ਤੇ ਉਹ ਕਰਿਆ ਤੂੰ ਉਹਦੀ 15 20 ਦਿਨ ਸੇਵਾ ਕਰ ਅੱਛਾ ਉਹ ਤੋਂ ਬਾਅਦ ਜ਼ਮੀਨ ਜੀ ਕੋਲ ਲਵਾ ਲਈ ਆਪਾਂ ਆਪਣੇ ਨਾਲ ਅੱਛਾ ਫੇਰ ਕੋਈ ਚੱਕ ਨਹੀਂ ਪਰ ਛੱਡਿਆਵਾਂ ਕਿਨੂੰ ਆਸ਼ਰਮ ਕਿਤੇ ਅੱਛਾ ਫੇਰ ਠੀਕ ਹੈ ਜੀ 2 ਕਿੱਲੇ ਦੀ ਗੱਲ ਨਹੀਂ ਹਾਂ ਫੇਰ ਕਿਤੇ ਆਸ਼ਰਮ ਕੋਈ ਗੱਲ ਨਹੀਂ ਆਸ਼ਰਮ ਤੇ ਛੱਡ ਦਾਂਗੇ ਤੂੰ 15 20 ਦਿਨ ਸੇਵਾ ਕਰ ਠੀਕ ਹੈ ਠੀਕ ਹੈ ਠੀਕ ਕੋਈ ਗੱਲ ਨਾ ਦੇਖ ਲੈ ਬੀਬੀ ਉਹ 2 ਕਿੱਲੇ ਪਿੱਛੇ ਤੈਨੂੰ ਆਸ਼ਰਮ ਛੱਡਣ ਲੱਗੇ ਨੇ सबक सिखा देना चंगा मैं ठीक है चलो फिर बीबी चलो फिर आप अपनी स्कीम शुरू करते हैं तुम लंबे हो बहुत जल्दी तुम ना बेहोश होता नाटक करना ठीक है चंगा उन्होंने मैं अखा अखा बंद कर लो मैं मम्मी ने बुला के लेना चाहता कि बीबी कुछ हो गए ठीक है बेहोश हो गए ठीक है चलो मम्मी मम्मी डैडी जल्दी जल्दी वो बीबी बेहोश हो जाते थे मार के की हो गया ये हो गया चंगे बने ये हो गया ये हो गया ये तो बोलती नहीं मुझे बीजी वो आए कर तो हां डॉक्टर ਨੂੰ ਲਿਆ ਬਲਾਕੇ ਜੀ ਜੀ ਹਾਂ ਹਾਂ ਮੇਰੇ ਕ ਹੈਗਾ 200 ਡਾਕਟਰ ਇਹਨਾਂ ਨੂੰ ਫੋਨ ਕਰਦਾ ਠੀਕ ਹੈ ਜਾਂ ਕਰ ਹਾਂ 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 ਜਾਂ ਬਲਾ ਕੇ ਲਿਆ ਬਣੇ ਬਿਠੇ ਹੁੰਦਾ ਸ ਚਲ ਦੇਖਦੇ ਹਾਂ ਡਾਕਟਰ ਦੇਖੂਗਾ ਐ ਤਾਂ ਠੀਕ ਦੀ ਚੰਗੇ ਭਲੇ ਬੀ ਜੀ ਚਲ ਕੋਈ ਨਹੀਂ ਕਿਆ ਛੇਤੀ ਲਿਆ ਤੂੰ ਆ ਛੇਤੀ ਲਿਆ ਦੇ ਪਾਣੀ ਲਿਆ ਤੂੰ ਪਾਣੀ ਦੀ ਗਲਾਸ ਪਾਣੀ ਨਹੀਂ ਇੱਕ ਮਿੰਟ ਮੈਂ ਦੱਸ ਗਈ ਹੋ
गया चंगी भली। गुस्सा ना दवाओ ये अपने आप मार सकते हैं किसी भी मार सकते हैं दूजे बारह सीधे काम वजह रहे ਉਸਨਾਂ ਦਵਾਈ ਠੀਕ ਹੈ ਹਾਂਜੀ ਉਹ ਤਾਂ ਉਸ ਚੱਲ ਜਾਣਗੇ ਜੀ ਹੋ ਜਾਣਗੇ ਠੀਕ ਜਾਣਾ ਚਾਹੀਦਾ ਤਾਂ ਪੈਸੇ ਮੈਂ ਨਾ ਨਾ ਕੋਈ ਨਾ ਪੈਸੇ ਚਲੋ ਤੁਹਾਨੂੰ ਸਾਡੇ ਨਾਲ ਸਾਰਾ ਉਹਨਾਂ ਕਿਹੜੀ ਬਿਮਾਰੀ ਹੈ ਇਹਦਾ ਨਵਾਂ ਹੀ ਪੰਗਾ ਪੈ ਗਿਆ ਦੱਸ ਚੱਲ ਭਾਈ ਧਿਆਨ ਰੱਖੀ ਹੁਣ ਗੁੱਸਾ ਗੁੱਸਾ ਨਾ ਦਵਾਈ ਮਾਤਾ ਨੂੰ ਕਿੰਨੀ ਮਾੜੀ ਸੋਚ ਸੋਚ ਰਹੇ ਕਿ
2 ਕਿੱਲੇ ਜ਼ਮੀਨ ਵਿੱਚ ਹੈ ਕਿੰਨੀ ਬੜੀ ਗੱਲ ਹੈ 2 ਕਿੱਲੇ ਜ਼ਮੀਨ ਵਿੱਚ ਤੁਸੀਂ ਆ ਤਾਂ ਸੁਣ ਲੱਗੇ ਸੀ ਕਿੱਥੇ ਮਾਤਾ ਨੂੰ ਬੁਲਾਇਆ ਬੁਲਾ ਰੂਪੀ ਨੂੰ ਬੁਲਾ ਕੇ ਬੀਬੀ ਚਲੋ ਆ ਜੀ ਬੀਬੀ ਬੈ ਜਾ ਇੱਧਰ ਤੂੰ ਬੈ ਜਾ ਮਾਤਾ ਨੂੰ ਬੈਠਣ ਦੇ ਬੈ ਜਾ ਬੀਬੀ ਇੱਥੇ ਬੈ ਜਾ ਬੀਬੀ ਮਾੜਾ ਸੋਚ ਰਹੀ ਅੱਖਾਂ ਖੋਲੀਆਂ ਲੱਗੀਆਂ ਹੋਰ